ਤੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਚੋਣ ਪ੍ਰਚਾਰ ਕਰ ਰਹੇ ਸੀ ਜਿਸ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਬੀਤੇ ਦਿਨੀ ਹੀ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚੋਂ ਆਏ ਨੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਸਨ ਸੁਖਪਾਲ ਸਿੰਘ ਖਹਿਰਾ ਤੇ ਉਸ ਤੋਂ ਬਾਅਦ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਤੇ ਸੁਖਪਾਲ ਸਿੰਘ ਖਹਿਰਾ ਨੇ ਇੱਕ ਚੋਣ ਪ੍ਰਚਾਰ ਦੇ ਦੌਰਾਨ ਵੱਡਾ ਇਕੱਠ ਕਰ ਦਿੱਤਾ ਜੋ ਇਕੱਠ ਸੁਖਪਾਲ ਸਿੰਘ ਖਹਿਰਾ ਨੂੰ ਮਹਿੰਗਾ ਵੀ ਪੈ ਸਕਦਾ ਅਸੀਂ ਤੁਹਾਨੂੰ ਇੰਡੀਆ ਨਿਊਜ਼ ਦੇ ਮਾਧਿਅਮ ਨੇ ਸਾਰੀਆਂ ਜਿਹੜੇ ਕਿ ਹਲਕਾ ਨਡਾਲਾ ਦੀ ਮੰਡੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਕੱਲ੍ਹ ਹੀ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਆਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਸਾਰੀਆਂ ਜਿਹੜੀਆਂ ਕਿ ਲਾਈਵ ਤਸਵੀਰਾਂ ਦਿਖਾਈਆਂ ਜਾਣ ਔਰ ਸੁਖਪਾਲ ਸਿੰਘ ਖਹਿਰਾ ਲੋਕਾਂ ਦੇ ਮਨ ਦੇ ਵਿੱਚ ਦੇਖੋ ਕਿੰਨਾ ਉਤਸ਼ਾਹ ਹੈਗਾ ਵਾ ਔਰ ਕਿੱਡਾ ਭਾਰੀ ਜਿਹੜਾ ਕਿ ਇਕੱਠ ਹੋਇਆ ਹੋਇਆ ਵਾ ਔਰ ਲੋਕ ਉਹਨਾਂ ਨੂੰ ਜਿਹੜੇ ਕਿ ਆਸ਼ੀਰਵਾਦ ਦੇਣ ਪਹੁੰਚੇ ਹੋਏ ਹਨ ਔਰ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਦੇਖੋ ਭਾਰੀ ਕਿੰਨਾ ਵੱਡਾ ਇਕੱਠ ਹੈ ਔਰ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਹਾਂ ਜੋ ਕਿ ਸੁਖਪਾਲ ਸਿੰਘ ਜਦ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਬਹੁਤ ਦੇਖੋ ਜਿਹੜਾ ਕਿ ਉਹ ਆਪਣਾ ਪ੍ਰਸ਼ਾਸਨ ਜਿਹੜੇ ਕਿ ਲੋਕਾਂ ਦੇ ਵਿੱਚ ਹੋ ਕੇ ਇਕੱਠ ਹੋ ਕੇ ਕਰ ਰਹੇ ਹਨ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਮਹਿਤਾਬ ਖਹਿੜਾ ਵੀ ਹੈਗਾ ਵਾ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਕਿ ਇੰਡੀਆ ਨਿਊਜ਼ ਦੇ ਮਾਧਿਅਮ ਨੇ ਜਿਹੜੇ ਕਿ ਦਿਖਾ ਰਹੇ ਇਸ ਵਕਤ ਨਡਾਲਾ ਮੰਡੀ ਦੇ ਵਿੱਚ ਕਪੂਰਥਲਾ ਜੋ ਕਿ ਵਿਧਾਨ ਸਭਾ ਹਲਕਾ ਤੋਂ ਬੀਬੀ ਜਗੀਰ ਕੌਰ ਔਰ ਆਮ ਆਦਮੀ ਪਾਰਟੀ ਤੋਂ ਰਾਣੇ ਦੀ ਸੀਟ ਤੋਂ ਜਿਹੜੇ ਕਿ ਇੱਥੋਂ ਕਿ ਤਿੰਨ ਚਾਰ ਜਿਹੜੇ ਕਿ ਕੈਂਡੀਡੇਟ ਹੈਗੇ ਇਹ ਸੁਖਪਾਲ ਖਹਿਰਾ ਕਾਂਗਰਸ ਦੇ ਉਮੀਦਵਾਰ ਹਨ ਇੱਥੋਂ ਕਾਂਗਰਸ ਦੇ ਉਮੀਦਵਾਰ ਜਿਹੜੇ ਕਿ ਖੁਦ ਸੁਖਪਾਲ ਸਿੰਘ ਖਹਿਰਾ ਜਿਹਨਾਂ ਨੂੰ ਕੱਲ੍ਹ ਜੇਲ੍ਹ 'ਚੋਂ ਰਿਹਾਈ ਮਿਲੀ ਆ ਉਹ ਇਸ ਵੇਲੇ ਹਲਕਾ ਭੁਲੱਥ ਦੇ ਵਿੱਚ ਪਹੁੰਚ ਚੁੱਕਿਆ ਅਸੀਂ ਖਹਿਰਾ ਸਾਹਿਬ ਨਾਲ ਗੱਲਬਾਤ ਕਰਨੀ ਚਾਹਾਂਗੇ ਆਓ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਕਿ ਦਿਖਾਵਾਂਗੇ ਜਿਹੜੇ ਕਿ ਅਸੀਂ ਹਾਂਜੀ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਖਹਿਰਾ ਸਾਹਿਬ ਅਤੇ ਇਹ ਸਾਰੀਆਂ ਕੀ ਖਹਿਰਾ ਸਾਹਿਬ ਆਓ ਅਸੀਂ ਆਓ ਦੇਖ ਰਹੇ ਹਾਂ ਖਹਿਰਾ ਸਾਹਿਬ ਮੈਂ ਗੱਲਬਾਤ ਕਰਨੀ ਚਾਹਾਂਗਾ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਨਮਸਕਾਰ ਹਾਂਜੀ ਬਹੁਤ ਸ਼ੁਕਰੀਆ ਮੈਂ ਦੇਣ ਨਹੀਂ ਦੇ ਸਕਦਾ ਪੰਜਾਬ ਦੇ ਲੋਕਾਂ ਦਾ ਆਪਣੇ ਇਲਾਕੇ ਦੇ ਲੋਕਾਂ ਦਾ ਇਹਨਾਂ ਦੀਆਂ ਅਰਦਾਸਾਂ ਬਦੌਲਤ ਅੱਜ ਮੈਂ ਆਜ਼ਾਦ ਹਾਂ ਇਹ ਹਵਾ ਮੈਂ ਜਿਹੜਾ ਸਾਹ ਲੈ ਸਕ ਰਿਹਾ ਇਹਨਾਂ ਲੋਕਾਂ ਦੀ ਬਦੌਲਤ ਆ ਇਹ ਇਲੈਕਸ਼ਨ ਨਹੀਂ ਗੀ ਇਹ ਜਿੱਤ ਸੱਚ ਅਤੇ ਝੂਠ ਦੀ ਲੜਾਈ ਦਾ ਨਿਤਾਰਾ ਹੋਣਾ ਭੁਲੱਥ ਦੇ ਵਿੱਚ ਪੰਜਾਬ ਸਰ ਲੋਕ ਤੁਹਾਨੂੰ ਬਹੁਤ ਜ਼ਿਆਦਾ ਵੇਟ ਕਰ ਰਹੇ ਸੀਗੇ ਇੰਡੀਆ ਦੇ ਵਿੱਚ ਲੀਡਰ ਅਤੇ ਜਿਹੜੇ ਕਿ ਟ੍ਰੇਨ ਆ ਕਦੀ ਟਾਈਮ ਨਾਲ ਪਹੁੰਚੇ ਲੋਕ ਬਹੁਤ ਵੇਟ ਪਿੱਛੇ ਬਹੁਤ ਲੇਟ ਕਰਤਾ ਲੋਕਾਂ ਨੇ ਸਾਨੂੰ ਮਜਬੂਰੀ ਸੀਗੀ ਮੈਂ ਆਪਣੇ ਜਾਣ ਕੇ ਲੇਟ ਨਹੀਂ ਹੋਇਆ ਤੁਹਾਡਾ ਸ਼ੁਕਰੀਆ ਸਾਰਿਆਂ ਦਾ ਚਲੋ ਸਰ ਆਓ ਇਹ ਸਾਡੇ ਨਾਲ ਸੀ ਸਰ ਗੋਬਾਲ ਸਿੰਘ ਜੀ ਖਹਿਰਾ ਅਸੀਂ ਤੁਹਾਨੂੰ ਸਾਰੀਆਂ ਜਿਹੜੀ ਕਿ ਤਸਵੀਰਾਂ ਇਹ ਦਿਖਾ ਰਹੇ ਹਾਂ ਅਸੀਂ ਖਹਿਰਾ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਦੇਖੋ ਕਿੰਨਾ ਵੱਡਾ ਇਕੱਠ ਆ ਸੁਖਪਾਲ ਸਿੰਘ ਜੀ ਖਹਿਰਾ ਜਿਹੜਾ ਕੱਲ੍ਹ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਆਏ ਔਰ ਭੁਲੱਥ ਮੰਡੀ ਦੇ ਵਿੱਚ ਜਿਹੜਾ ਕਿ ਨਡਾਲਾ ਮੰਡੀ ਦੇ ਵਿੱਚ ਖਹਿਰਾ ਸਾਹਿਬ ਦਾ ਦੇਖੋ ਕਿੰਨਾ ਵੱਡਾ ਇਕੱਠ ਆ ਲੋਕਾਂ ਦੇ ਮਨ 'ਚ ਕਿੰਨਾ ਚਾਅ ਵਾ ਦਿਲਚਸਪ ਨਜ਼ਾਰਾ ਇਹ ਦੇਖਣ ਵਾਲਾ ਨਜ਼ਾਰਾ ਵਾ ਪੂਰਾ ਭਖਿਆ ਹੋਇਆ ਬਹੁਤ ਵਧੀਆ ਭਖਿਆ ਹੋਇਆ ਨਜ਼ਾਰਾ ਜੀ ਅੱਜ ਸੱਚ ਦੀ ਜਿੱਤ ਹੋਈ ਹੈ ਜਿੱਤ ਪੱਕੀ ਇੱਕ ਤਰਫਾ ਮੁਕਾਬਲਾ ਹੋ ਗਿਆ ਜੋਰੇ ਵਿਰੋਧੀ ਸੀ ਤੜਗੜੀ ਸੀ ਪਰ ਬੀਬੀ ਜਗੀਰ ਕੌਰ ਜੀ ਕਹਿੰਦੇ ਸੀਗੇ ਸੁਖਪਾਲ ਖਹਿਰਾ ਅੰਦਰ ਆ ਔਰ ਇਲੈਕਸ਼ਨ ਲੜਨ ਦਾ ਮਜ਼ਾ ਨਹੀਂ ਆ ਰਿਹਾ ਹੁਣ ਬਾਹਰ ਆ ਚੁੱਕਾ ਕੋਈ ਮੁਕਾਬਲਾ ਹੀ ਨਹੀਂ ਕੋਈ ਮੁਕਾਬਲਾ ਹੀ ਨਹੀਂ ਹੁਣ ਮਜ਼ਾ ਵੀ ਆਊਗਾ ਜਿੱਤਾਂਗੇ ਵੀ ਇੱਕ ਤਰਫਾ ਮੁਕਾਬਲਾ ਵੀ ਆਊਗਾ ਰਾਣਾ ਗੁਰਜੀਤ ਦੀ ਮਦਦ ਲੱਗ ਜਿੱਤਣਾ ਚਾਹੁੰਦੀ ਸੀ ਹੁਣ ਰਾਣਾ ਗੁਰਜੀਤ ਨੂੰ ਦੱਸਾਂਗੇ ਕਿ ਕੀ ਹੋਏਗਾ ਜਿਸ ਥਾਲੀ 'ਚ ਖਾਂਦਾ ਉਹ ਥਾਲੀ 'ਚ ਛੇਕ ਕਰਦਾ ਇੱਕ ਤਰਫਾ ਇੱਕ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੀਆਂ ਤਸਵੀਰਾਂ ਜਿਹੜੀਆਂ ਕਿ ਦਿਖਾਈਆਂ ਜਾਣ ਦੇਖੋ ਦੇਖੋ ਮੈਂ ਨਾ ਉਹਦਾ ਜਵਾਬ ਸਿਰਫ ਇਹ ਦੇਣਾ ਚਾਹੁੰਦਾ ਕਿ ਉਹ ਬਹੁਤ ਵੱਡੇ ਪੱਧਰ ਦਾ ਦਾਗੀ ਆ ਅੱਜ ਵੀ ਉਹਦਾ 5 ਕਰੋੜ ਰੁਪਇਆ ਉਹਦੇ ਕੁੱਕ ਬਹਾਦਰ ਨੇ ਜਿਹੜਾ ਜਮ੍ਹਾਂ ਕਰਾਇਆ ਸੀ ਉਹ ਜ਼ਬਤ ਆ 25 ਕਰੋੜ ਰੁਪਇਆ ਖੱਡਾਂ ਦੀ ਨਿਲਾਮੀ ਦਾ ਅੱਜ ਵੀ ਜ਼ਬਤ ਆ ਇਹਦੀ ਸਰਕਾਰ ਨੇ ਜ਼ਬਤ ਕੀਤਾ ਮੇਰੀ ਗੱਲ ਸੁਣ ਲਓ ਨਾ 5 ਕਰੋੜ ਰੁਪਇਆ ਗੁਰਿੰਦਰ ਇੱਕ ਪਾਪਾ ਸੀਗਾ ਠੇਕੇਦਾਰ ਇਰੀਗੇਸ਼ਨ ਦਾ ਜਿਹੜਾ 2000 ਕਰੋੜ ਰੁਪਏ ਦਾ ਠੱਗ ਸੀਗਾ ਇਹਨੇ 5 ਕਰੋੜ ਰੁਪਇਆ ਉਹਦੇ ਕੋਲੋਂ ਵੀ ਲਿਆ ਵਾ ਔਰ ਇਹਦੇ 'ਤੇ ਜਿੰਨੇ ਇਲਜ਼ਾਮ ਨੇ ਉਹ ਅੱਜ ਤੱਕ ਵੀ ਕਿਸੇ ਨੇ ਕਲੀਨ ਚਿੱਟ ਨਹੀਂ ਦਿੱਤੀ ਇਹਦੇ 'ਤੇ ਦਾਗੀ ਸਾਬਤ ਹੋ ਚੁੱਕਾ ਵਾ ਔਰ ਇਹਨੂੰ ਕਾਂਗਰਸ ਦਾ ਫਿਕਰ ਕਦੋਂ ਤੋਂ ਹੋ ਗਿਆ ਇਹ ਕਾਂਗਰਸ ਦੀ ਝੰਡੀ ਲਾ ਕੇ
सुल्तानपुर नवतेज चीमे हराने जाता है। कितों का कांग्रेसी है? यदा व्यापारी बंदे ने, यह योगी तो डरता वा, बीजेपी तो डरता वा, बीजेपी के बंद एयरपोर्ट से फड़िया गया वा। यह तो बंदा बेसिकली इहनू पता वा कि जे मैं बीजेपी का विरोध किया मेरी चार मिलां बंद कर देंगे, यूपी दियां शुगर दियां, पंजाब दे विच मिलां बंद कर देंगे। नहीं हैंकड़बाज है जी, उन्होंने तो वो बॉडी लैंग्वेज देखो, कोई बंद वाली गल थोड़ो करता, कभी उन्हें किसी वास्ते इंसाफ की लड़ाई लड़ी। हाँ जी, नहीं मैं कह रहा वहां कि वो मिनिस्टर है, उन्होंने रुतबा है कांग्रेस ने दिता हुआ, कांग्रेस का रुतबा लैके कांग्रेस की शान बना के तुम कांग्रेस की पिठ में ही छुरा मार रहे हो सुल्तानपुर लोधी के। मेरा तो सिर्फ इन्ना मनना, तू तू इस्तीफा दे दे, कांग्रेस की टिकट वापस कर दे, जाके 100 हल्के आजाद खड़ा कर। तो जो अपना इतने करिंदा जहा वाड़िया टिकट नहीं मिली तो कैप्टन भेजती। देखो अंदरों तो पहला का घबराया हुआ, जो मैं लाया वा उदन का डरिया हुआ, और उन्होंने पता वा कि वह बहरला वा, वो भावें कपूरथले होर एक बार एम एल ए बन जाए रहूगा बहरला ही, उन्होंने पता कि असी लोकल आ। इनू कॉम्पलैक्स है बहुत व्डा, ये मन में बहुत व्डा कमजोरी, इस मन च बहुत वही कमजोरी है कि किसी दिन न बहरले ने बहरला साबित होना, तो लोकल ने लोकल रहना। उही तो गल इन्होंने पूछी है ना, मेरा जिहड़ा कहना वा, मेरा एक पोलीटिकली मोटिवेटड केस है, सारी गल साबित करती मैं तुहानू बोल के एक एक। इहदे तां हले 5 करोड़ रुपया इहदे कुक बहादुर का भी जमा वा, 25 करोड़ रुपया खड्डा की नीलामी का एडवांस जमा वा, 5 करोड़ रुपया गुरिंदर पापे का जमा इहदा, ते बीजेपी ले लैणगे एक्शन, नेड़े जाके ले लैणगे, टिकट ही वापस लैनी उदण ही काम, इन्हें अपना पूंछ च लैके पिछे तो नट जाना वा। डोंट वरी, एवरीथिंग विल हैपन। देखो मैं कुछ नहीं कहना चाहना, मैं कहना चाहना ये बंदा वो आ जिहड़ा पॉलिटिक्स नूं व्यापार बना के बह गया वा, मिलां बणाउंदा। यह जो एम एल ए पहली बार बनया, ये को एक खंड की मिल बेअंत सिंह तो लई सी, उस तो बाद बिकीठिया के सुखबीर की मिन्नत कट के इन्हें डिस्टिलरी लई है लौकी पिंड, हुण इन्हें बीजेपी की योगी सरकार नूं बिन्नत कट के चार खंड दीआं मिलां उत्थे लाईआं ने, उत्थे हरियाणे की सरकार च मिन्नत कट के एक डिस्टिलरी उत्थे लई है, 20,000 एकड़ जमीन इन्हें अफरीका च जाके लै ली, कित्थों आए सारा शराब की चोरी किए पैसे, एक्साइज चोरी की है सारी, एक एक दिन 10-10 ट्रक निकलते सके, एक ट्रक 10 लाख रुपए की एक्साइज चोरी है, 1 करोड़ रुपया दिहाड़ी कमाता से, ये सारे व्यापारी बंदे। उही तो चलान आ चुका जी, चलान विच ना कोई फेक पासपोर्ट का इल्जाम है, ना कोई जड़ा हैगा फॉरन फंडिंग का इल्जाम है, ना कोई किसी तरह का कोई पुख्ता इन दे कोल कोई कोई फेक करंसी का इल्जाम है, ना कोई मेरे खिलाफ़ घरों कोई ज्वेलरी लभी गई है। जिस कानून नू, जिस केस नू ईडी ने एक बनाया सीगा अपना शेड्यूल डिफेंस NDPS की जी FIR है फाजिलका, मैं उसदे विच नामजद नहीं गा, मेरा उसदे चलान नहीं गा, मैंने सुप्रीम कोर्ट ने राहत दी हुई। सो दिस इज़ अ टोटली पोलीटिकली मलिशियसली फॉल्स केस अगेंस्ट मी, जिदा बाकी नहीं गए सारे बीजेपी के को मत्था टेक गए हैं, इदा मत्था टिकाना चाहते, पर खैरा मर तो जाऊगा, इदा मत्था नहीं। देखो राणा जिहड़ा हैंकड़बाज है ना, मैं कभी कांग्रेस का डिसिप्लिन नहीं तोड़िया, मैं किसी हल्के जाके दखलअंदाजी नहीं करता, पर जिहड़ा एडा चा ना किसी दिन इहनू कन्नों फड़ के यूपी मैं ही छड़ के आऊंगा, फिक्र ना करो। सो इस साढ़े नाल सुखपाल सिंह खैरा हल्का भलथ तो, कैमरामैन ऋषि के नाल सुनील गोगना इंडिया। तो सुखपाल सिंह खैरा दे बयान तुसीं सुने ने, ते हुण हल्का भलथ तो बीबी जगीर कौर उधर श्रोमणी अकाली दल के उम्मीदवार ने, कांग्रेस के सुखपाल सिंह खैरा ने, मुकाबला टक्करदा रहेगा, देखना होगा कि कौन जित हासिल करता। तो फिलहाल इस बुलेटिन के इन्नी, इस तरह होर खबरें लेके फिर हाजिर होवांगे, उदों तक लई तुसीं बने रहो इंडिया न्यूज़ पंजाब दे नाल, ते मैनूं दिओ इजाजत, धन्नवाद।